special because it comes from the founder of Apna Virsa, Khushdev Gill, or as we lovingly call him, Khushi Uncle. I met Khushi Uncle 12 years ago when he came into my dance class to teach our team how to do lifts. He left quite an impression on me because of his skill, but most importantly, because of his smile. Khushi Uncle truly lives up to his name, happiness, and that's what he brings to Apna Virsa. In 2009, Khushiya began teaching Bhangra to young members of his family. This quickly expanded from classes in his living room to local elementary school gyms and to what is now transformed into the Apna Virsa Academy you see here today. I'm honored that Khushi Uncle brought me on 5 years ago to teach and spread my passion for Bhangra. I'm proud to present to you one of my mentors, here to show you that Bhangra has no boundaries and can be used to unite generations. Please welcome Khushdev Gill and the Apna Virsa Gavroos. ਦਰਿਆ ਚਨਾਹ ਦੇ ਲਹਿੰਦੇ ਪਾਸੇ ਤੇਲੂ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦਾ ਮੁੰਡਾ ਸਾਹਿਬ ਅਤੇ ਉੱਥੋਂ ਤਕਰੀਬਨ 120 ਮੀਲ ਚਨਾਬ ਦੇ ਚੜ੍ਹਦੇ ਪਾਸੇ ਹੀਰ ਸਿਆਲ ਦੇ ਪਿੰਡ ਚੰਗ ਮੰਗਿਆਣਾ ਦੀ ਕੁੜੀ ਨੂਰ ਸ਼ਾਇਦ ਇੱਥੋਂ ਦੀਆਂ ਫਿਜ਼ਾਵਾਂ 'ਚ ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਹੈ। ਤਾਂ ਅੱਜ ਫਿਰ ਨੂਰ ਦੀਆਂ ਵੰਗਾਂ 'ਚੋਂ ਹੀਰ ਦੀ ਹੂਕ ਬੋਲਦੀ ਹੈ, ਸ਼ਾਦਾ ਇਸ ਵਾਰੀ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ। ਹਾਲੇ ਚੰਗੇ ਲੱਗਦੇ ਨੀ ਕੋਈਲੇ ਤੇਰੇ ਬੋਲਣੀ ਉਦੋਂ ਗਾਮੀ ਆ ਕੇ ਉਦੋਂ ਗਾਮੀ ਆ ਕੇ ਜਦੋਂ ਮਾਇਆ ਹੋਇਆ ਕੋਲਣੀ ਹਾਲੇ ਚੰਗੇ ਲੱਗਦੇ ਨੀ ਸੁਣ ਮੇਰੇ ਨਾਲ ਸਾਡੇ ਕੋਲ ਨਾ ਘੁੰਮਵੇ ਸਾਡਾ ਜਿੱਤ ਨਹੀਂ ਰਾਜ਼ੀ ਅਸੀਂ ਨੀ ਤੱਕਣੀ ਚਾਲ ਤੇਰੀ ਨਾ ਤੇਰੀ ਸ਼ਰਾਰਤ ਬਾਜ਼ੀ ਅੱਜ ਸਾਡੀ ਗੱਲ ਮੰਨ ਕੇ ਜਾ ਜ਼ਰਾ ਚੜ੍ਹ ਕੇ ਢਾਬ ਤੇ ਵੇਖੀ ਸ਼ਾਇਦ ਮੇਰਾ ਸਰਤਾਜ ਦੱਸੇ ਜ਼ਰਾ ਖੜ ਕੇ ਢਾਬ ਤੇ ਵੇਖੀ ਤੇ ਦੱਸੀ ਕਦੋਂ ਆਊਗਾ ਉਹ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਹਵਾ ਵਿੱਚ ਰੁਕਿਆ ਵੇ ਸਿਰੇ ਦੀ ਸਕੀਏ ਨੀ ਵਾਲਾ ਨਾਲ ਲੱਗੀਏ ਨੀ ਹਗਤ ਦੇ ਪਰਾਂਦਿਆ ਵੇ ਕਸੂਮਲ ਖਾਂਦਿਆ ਵੇ ਕੜੇ ਦੀ ਤਬੀਤੀਏ ਨੀ ਉਹ ਚੁੱਪ ਪੀਤੀਏ ਨੀ ਹੋਏ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਤੋੜ ਚੜਾਵੇ ਵੀ ਇੰਨਾ ਚਿਰ ਕਿਉਂ ਲਾਇਆ ਤੇਰਾ ਪਾਵੇ ਵੀ ਉਹ ਇਸ਼ਕ ਲੜਾ ਕੇ ਡਰਨਾ ਵੀ ਗੁਸਤਾਖੀ ਏ ਪਰ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਆਏ ਸੁਖੀ ਸਾਂਦੀ ਸ਼ੌਕ ਸ਼ੌਕ ਵਿੱਚ ਰੋਗ ਭੁਲਾਣੇ ਨਾ ਬੈਠੇ ਰੋਗ ਭੁਲਾਣੇ ਨਾ ਬੈਠੇ ਲੜੇ ਉਮਰ ਨਿਆਣੀ ਦੇ ਵਿੱਚ ਉਮਰਾ ਦਾ ਤੇਲਾ ਬੈਠੇ ਉਮਰਾ ਦਾ ਤੇਲਾ ਬੈਠੇ ਨੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਆਊਗਾ ਹਜ਼ਾਰੇ ਵਾਲਾ ਮੁੰਡਾ ਬਸ ਚੁੱਪ ਕਰ ਜਾ ਬੋਲੀ ਨਾ ਆਖਿਰ ਨੂੰ ਵਸਲਤਾ ਹੋਣੇ ਬਸ ਚੁੱਪ ਕਰ ਜਾ ਬੋਲੀ ਨਾ ਪਰ ਮੈਂ ਤਾਂ ਰੱਬ ਨੂੰ ਕਹਿਤਾ ਮੇਰਾ ਮਾਇਆ ਹੁਣੇ ਮਿਲਾਵੋ ਸਾਨੂੰ ਉਸ ਬਿਨ ਸਮਝ ਨਹੀਂ ਆਉਂਦਾ ਤੁਸੀਂ ਸਾਨੂੰ ਨਾ ਸਮਝਾਵੋ ਗੱਲ ਸੁਣ ਲੈ ਤੇਜ਼ ਹਵਾਏ ਰਮਜ਼ ਕਿਤੇ ਬੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ